ਸਾਰੇ 12ਵੇਂ ਵਾਲੇ ਬੱਚਿਆਂ ਦਾ ਸਵਾਗਤ ਹੈ ਸਾਡੀ ਚੈਨਲ ਤੇ ਜਰਨਲ ਇੰਗਲਿਸ਼ ਕਲਾਸ +2 ਸਤੰਬਰ ਨਿਊ ਪੈਟਰਨ ਤੇ ਆਧਾਰਿਤ 26 ਤਰੀਕ ਨੂੰ ਜਿਹੜਾ ਪੇਪਰ ਹੋਣਾ ਉਸ ਤੇ ਆਧਾਰਿਤ ਸੈਂਪਲ ਪੇਪਰ ਲੈ ਕੇ ਆਇਆ ਵੈਰੀ ਇੰਪੋਰਟੈਂਟ 80 ਵਿੱਚੋਂ 80 ਨੰਬਰ ਤੁਸੀਂ ਪੱਕੇ ਕਰ ਸਕਦੇ ਹੋ ਅਗਰ ਤੁਸੀਂ ਇਹ ਸਾਰਾ ਪੇਪਰ ਲਗਾ ਲਿਆ ਤਾਂ ਤੁਹਾਡੇ ਪਾਸ ਹੋਣ ਦੇ ਚਾਂਸਸ ਬਹੁਤ ਹੀ ਵਧ ਜਾਣਗੇ ਬਹੁਤ ਹੀ ਵਧੀਆ ਨੰਬਰ ਆਣਗੇ ਸਾਰਾ ਫੁਲੀ ਸੋਲਵਡ ਪੇਪਰ ਹੋਵੇਗਾ ਰੀਡਰ ਤੋਂ ਲੈ ਕੇ ਗ੍ਰਾਮਰ ਇੱਕ ਇੱਕ ਚੀਜ਼ ਸੋਲਵ ਕਰਵਾਈ ਹੋਈ ਹੈ ਪੀਡੀਐਫ ਤੁਹਾਨੂੰ ਇਹਦੇ ਮਿਲ ਜਾਵੇਗੀ ਅਕਾਲ ਸਟੱਡੀ ਟੈਲੀਗ੍ਰam ਗਰੁੱਪ ਤੇ ਪੇਪਰ ਸਟਾਰਟ ਕਰਦੇ ਆਂ ਜੀ ਆਪਾਂ ਸਭ ਤੋਂ ਪਹਿਲਾਂ 10 ਨੰਬਰ ਦਾ ਤੁਹਾਨੂੰ ਪੈਸੇ ਜਾਂਦਾ ਅਨਸੀਨ ਪੈਸੀ ਜਿਹਨੂੰ ਕਹਿ ਦਿੰਨੇ ਆ ਇਹ ਆਪਣਾ 10 ਨੰਬਰ ਦਾ ਹੁਣ ਜਿਹੜਾ ਨਿਊ ਪੈਟਰਨ ਹੈ ਨਿਊ ਪੈਟਰਨ ਦੇ ਅਕੋਰਡਿੰਗ ਕਰਾ ਰਹੇ ਆਂ ਇਹੀ ਪੇਪਰ ਤੁਹਾਡਾ ਜਿਹੜਾ ਵੈਰੀ ਵੈਰੀ ਇੰਪੋਰਟੈਂਟ ਹੈ ਸਿੰਪਲ ਪੇਪਰ ਨਿਊ ਪੈਟਰਨ ਤੇ ਆਧਾਰਿਤ ਹੈ ਇਹ ਸਾਰਾ ਪੈਰਾ ਤੁਸੀਂ ਰੀਡ ਕਰ ਲਿਓ ਹਨਾ ਆਪਾਂ ਇਹਨਾਂ ਦੇ ਅੱਗੇ ਜਿਹੜੇ ਕੁਐਸਚਨ ਆਨਸਰ ਹੁੰਦੇ ਨੇ ਉਹ ਕਰਦੇ ਆ ਇਹ ਪੈਰਾ ਤੁਸੀਂ ਰੀਡ ਕਰ ਲਿਓ ਸਾਰਾ ਇਹਦੇ ਕੁਐਸਚਨ ਆਨਸਰ ਦੇਖੋ 10 ਕੁਐਸਚਨ ਆਉਂਦੇ ਨੇ ਇੱਕ ਇੱਕ ਨੰਬਰ ਦੇ ਹੁਣ ਇਹ ਸਾਰੇ ਇੰਪੋਰਟੈਂਟ ਨੇ ਨਿਊ ਪੈਟਰਨ ਤੇ ਆਧਾਰਿਤ ਨੇ 26 ਤਰੀਕ ਨੂੰ ਜਿਹੜਾ ਹੋਣ ਵਾਲਾ ਪੇਪਰ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਸੈਂਪਲ ਪੇਪਰ ਕਰਵਾਇਆ ਜਾ ਰਿਹਾ ਹੈ ਸਾਰੇ ਕੁਐਸਚਨ ਇੰਪੋਰਟੈਂਟ ਨੇ ਸੋਲੂਸ਼ਨ ਦੇਖੋ ਇਹਨਾਂ ਦੇ ਫਰਸਟ ਕੁਐਸਚਨ ਹੈ ਵਟ ਡਿਸੀਜ਼ ਡਿਡ ਕੁੰਡੀਬਾ ਸਫਰ ਫਰੋਮ ਵੈਨ ਹੀ ਵਾਸ 8 ਉਹਨੂੰ ਕਿਹੜੀ ਬਿਮਾਰੀ ਸੀ ਸਮਾਲਪੋਕਸ ਸੈਕੰਡ ਕੁੰਡੀਬਾ ਲਿਵਡ ਇਨ ਸਲਮ ਡੈਸ਼ ਚਾਰ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਇਹਦੇ ਅੰਦਰ ਡੈਸ਼ ਦੀ ਕੀ ਆਏਗੀ ਗੋਲੀਬਾਰ ਵਿੱਚ ਰਹਿੰਦੀ ਸੀ ਉਹ ਥਰਡ ਸਮਰ ਸੀਜ਼ਨ ਜਸਟ ਹੈਡ ਐਂਡਡ ਇਹਦਾ ਫਾਲਸ ਆਏਗਾ ਇਹ ਰੱਟ ਲਓ ਚੰਗੀ ਤਰ੍ਹਾਂ ਚੌਥਾ ਵਟ ਵਾਸ ਕੁੰਡੀਬਾਸ professions ਉਹਦਾ professions ਕੀ ਸੀ ਉਹ ਬੈਗਰ ਸੀ ਇੱਕ ਪਖਾਰਨ ਸੀ ਉਹ ਪੰਜਵਾਂ who had fallen into the well ਖੂਹ ਦੇ ਅੰਦਰ ਕੌਣ ਡਿੱਗਾ ਹੋਇਆ ਸੀ ਅਰਵਿੰਦ ਇਹ ਚੰਗੀ ਤਰ੍ਹਾਂ ਰੱਟ ਲੋ 6th how did kondeba pull arvind out of well ਉਹਨੇ ਅਰਵਿੰਦ ਨੂੰ ਵੈਲ ਤੋਂ ਕਿਵੇਂ ਕੱਢਿਆ ਇਹਦਾ ਆਪਾਂ ਪਹਿਰੇ ਦੇ ਅੰਦਰ ਲੱਭਦੇ ਹਾਂ 6th ਦਾ ਵੀ ਕੌਂਡੇਬਾ ਨੇ ਅਰਵਿੰਦ ਨੂੰ ਖੂਹ ਦੇ ਅੰਦਰੋਂ ਕਿਵੇਂ ਕੱਢਿਆ ਉਹ ਖੂਹ ਦੇ ਅੰਦਰ ਡਿੱਗ ਗਿਆ ਸੀ ਨਾ ਮੀਹ ਪੈਣ ਕਰਕੇ ਪੈਰੇ ਅੰਦਰੋਂ ਕੁਐਸ਼ਨ ਦਾ ਆਨਸਰ ਦੇਖੋ ਕਿੱਥੇ ਹੈ ਇਹ ਦੇਖੋ ਏ ਆ ਗਿਆ ਹੀ نو ਹੀ ਵਾਸ ਅਰਵਿੰਦਸ ਓਨਲੀ ਹੋਪ ਸੱਡਨਲੀ ਹੀ ਫੈਲਟ ਅਵਨ ਦ ਬੈਲਟ ਉਹਨੇ ਅਲਵਿੰਦਰ ਦੀ ਬੈਲਟ ਨੂੰ ਫੜ ਲਿਆ ਹੋਲਡਿੰਗ ਇਟ ਟਾਈਟਲੀ ਟਾਈਟਲੀ ਪਕੜ ਲਿਆ ਉਹਨੇ ਹੀਜ਼ ਹੈਂਡ ਨਾਲ ਰਾਈਟ ਹੈਂਡ ਨਾਲ ਹੀ ਪੁਲਡ ਦਾ ਲੇਟ ਫਰੀ ਟੰਡ ਐਂਡ ਪੁਸ਼ਡ ਅਪ ਉਹਨੇ ਉਹਦੀ ਬੈਲਟ ਨੂੰ ਪਕੜ ਕੇ ਉਹਨੂੰ ਖੋਦੇ ਅੰਦਰੋਂ ਬਾਹਰ ਕੱਢ ਲਿਆ ਇਹ 6th ਦਾ ਰਾਈਟ ਆਨਸਰ ਹੈ ਐਵੇਂ ਤੁਸੀਂ ਪਹਿਰੇ ਦੇ ਅੰਦਰੋਂ ਵੀ ਲੱਭ ਸਕਦੇ ਹੋਏ ਕੁਐਸਚਨ ਨੈਕਸਟ 7ਵਾਂ ਕੁਐਸਚਨ ਦੇਖੋ ਜੀ the boy had dash ਤਾਂ ਖਾਲੀ ਥਾਂ ਦੇ ਅੰਦਰ ਆਣਾ ਫੋਲਨ 8 ਕੁਐਸਚਨ ਰਾਈਟ ਟੂ ਵਰਡ ਫਰੋਮ ਦਾ ਪੈਸੇਜ ਵਿੱਚ ਐਂਡ ਵਿਦ ਐਲ ਵੀ ਪੈਸੇਜ ਦੇ ਅੰਦਰ ਦੋ ਅੱਖਰ ਲੱਭਣੇ ਨੇ ਜਿਨ੍ਹਾਂ ਦੇ ਪਿੱਛੇ ਐਲ ਵੀ ਲੱਗਿਆ ਹੋਇਆ ਤਾਂ ਮੈਂ ਲੱਭ ਕੇ ਪਹਿਲਾਂ ਹੀ ਰੱਖੇ ਹੋਏ ਨੇ ਅਰਜੈਂਟਲੀ ਤੇ ਟਾਈਟਲੀ 9th ਕੁਐਸਚਨ ਇਟ ਸੀਮਸ ਸੋ ਲੌਂਗ ਟਾਈਮ ਬਿਫੋਰ ਹੀ ਰੋਜ਼ ਦਾ ਡੈਸ਼ ਕਿੰਨੇ ਮੀਟਰ ਡੂੰਘਾ ਚਲਾ ਗਿਆ ਸੀ 6 ਮੀਟਰ ਰਾਈਟ ਆਨਸਰ ਆਵੇਗਾ 6 ਅੱਗੇ ਗਿਵ ਦਾ ਮੀਨਿੰਗ ਲੈਡ ਦਾ ਮੀਨਿੰਗ ਦੱਸਣਾ ਤੇ ਗੈਸਪਡ ਦਾ मीनिंग ਦੱਸਣਾ ਸਾਰਾ ਪੇਪਰ ਵੈਰੀ ਵੈਰੀ ਇੰਪੋਰਟੈਂਟ ਹੈ ਪੀਡੀਐਫ ਤੁਹਾਨੂੰ ਇਹਦੀ ਅਕਾਲ ਸਟੱਡੀ ਟੈਲੀਗ੍ਰਾਮ ਗਰੁੱਪ ਤੇ ਵਟਸਐਪ ਗਰੁੱਪ ਤੇ ਮਿਲ ਜਾਵੇਗੀ ਲੈਡ ਦਾ ਮਤਲਬ ਹੁੰਦਾ ਯੰਗ ਮੈਨ ਗੈਸਪਡ ਦਾ ਮਤਲਬ ਹੁੰਦਾ ਟੂ ਹੈਵ ਡਿਫਿਕਲਟ ਬਰੀਥਿੰਗ ਇਹ ਇੰਗਲਿਸ਼ ਦਾ ਸੈਂਪਲ ਪੇਪਰ ਵੈਰੀ ਵੈਰੀ ਇੰਪੋਰਟੈਂਟ ਹੈ ਇਸ ਦੇ ਨਾਲ ਦੇ ਹੋਰ ਸੈਂਪਲ ਪੇਪਰ ਵੀ ਆਕਾਲ ਸਟੱਡੀ YouTube ਚੈਨਲ ਤੇ ਅਪਲੋਡ ਕੀਤੇ ਹੋਏ ਨੇ ਸਾਰੇ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਨੇ ਕੀ ਪਤਾ ਕਿਹੜਾ ਕੁਐਸਚਨ ਤੁਹਾਡੇ ਪੇਪਰ ਦੇ ਅੰਦਰ ਬਣ ਜਾਵੇ ਤਾਂ ਸਾਰੇ ਕੁਐਸਚਨ ਕਰੋ ਪੂਰੀ ਵੀਡੀਓ ਲਗਾਓ ਵੀਡੀਓ ਨੂੰ ਸਕਿੱਪ ਨਾ ਕਰੋ ਵੱਧ ਤੋਂ ਵੱਧ ਆਪਣੇ ਫਰੈਂਡਸ ਨੂੰ WhatsApp Telegram ਤੇ ਸ਼ੇਅਰ ਕਰੋ ਲਿੰਕ ਨੂੰ ਗਰੁੱਪ ਦੇ ਅੰਦਰ ਆਕਾਲ ਸਟੱਡੀ ਚੈਨਲ ਨੂੰ ਜੋਇਨ ਕਰ ਲਵੋ ਸਾਰੇ ਪੇਪਰਾਂ ਦੀ ਤਿਆਰੀ ਸੈਂਪਲ ਪੇਪਰ ਵਿਦ ਫੁੱਲੀ ਸੋਲਵਡ PDF ਅਸੀਂ ਕਰਵਾਉਂਦੇ ਆਂ ਧੰਨਵਾਦ ਫਰਸਟ ਪੈਸੇਜ ਜੀ ਕੰਪਲੀਟ ਕਰ ਲਿਆ 10 ਨੰਬਰ ਅਸੀਂ ਪੱਕੇ ਕਰ ਲਏ ਵੈਰੀ ਵੈਰੀ ਇੰਪੋਰਟੈਂਟ ਫਰਸਟ ਪੈਸੇਜ ਦੇ 10 ਕੁਐਸਚਨ ਹੋਗੇ ਹੁਣ ਸਾਡੇ ਕੋਲ ਆ ਗਿਆ ਸੈਕੰਡ ਪੈਸੇਜ ਸੈਕੰਡ ਪੈਸੇਜ ਪੇਪਰ ਦੇ ਅੰਦਰ 6 ਮਾਰਕਸ ਦਾ ਆਉਂਦਾ ਇਹ ਵੀ ਵੈਰੀ ਵੈਰੀ ਇੰਪੋਰਟੈਂਟ ਹੈ ਇਹ ਤੁਹਾਨੂੰ ਪੈਸੇਜ ਦਿੱਤਾ ਹੋਇਆ ਤੁਸੀਂ ਪੜ੍ਹ ਲਿਓ ਆਪਾਂ ਸਿੱਧੇ ਇਹਦੇ ਕੁਐਸਚਨ ਅਨਸਰ ਕਰਦੇ ਆਂ ਜਿਹੜੇ ਅਨਸੋਲਵ ਕੁਐਸਚਨ ਨੇ ਇਹਨਾਂ ਨੂੰ ਸੋਲਵ ਕਰਕੇ ਤੁਹਾਨੂੰ ਸਾਰਾ ਦੱਸਦੇ ਆਂ ਦੇਖੋ ਜੀ ਅਨਸੋਲਵ ਕੁਐਸਚਨ ਨੇ ਇਹਨਾਂ ਦਾ ਸੋਲੂਸ਼ਨ ਦੇਖੋ ਫਸਟ ਕੁਐਸ਼ਨ ਇਕਾਤ ਇਜ਼ ਫੇਮਸ ਇਕਾਤ ਕਿਸ ਚੀਜ਼ ਲਈ ਫੇਮਸ ਹੈ ਚਾਰ ਆਪਸ਼ਨਾਂ ਦਿੱਤੇ ਹੋਏ ਨੇ ਇਹਦਾ ਰਾਈਟ ਆਨਸਰ ਹੋਵੇਗਾ ਪਹਿਲੀ ਆਪਸ਼ਨ ਐਥਨਿਕ ਸਾੜੀਸ ਸਾੜੀਆਂ ਜਿਹੜੀ ਊਮੈਨ ਦੇ ਕੱਪੜੇ ਹੁੰਦੇ ਨੇ ਉਹਨਾਂ ਲਈ ਫੇਮਸ ਹੈ ਸੈਕਿੰਡ ਕੁਐਸ਼ਨ ðiਸ ਸਾੜੀਸ ਆਰ ਯੂਨਿਕ ਫੋਰ ðੇਅਰ 4 2 6 ਇੰਚ ਬਰੋਡ ਚਾਰ ਆਪਸ਼ਨਾਂ ਫੇਰ ਦਿੱਤੇ ਹੋਏ ਨੇ ਰਾਈਟ ਆਨਸਰ ਹੋਵੇਗਾ ਬੀ ਆਪਸ਼ਨ ਰੈਡੀਸ਼ ਮੈਰੂਨ ਬਾਰਡਰ ਥਰਡ ਕੁਐਸਚਨ ਇਨ ਵਿੱਚ ਕਲਰ ਵਾਸ ਦਾ ਕੋਟਨ ਡਾਈਡ ਬਿਫੋਰ ਕਮਿੰਗ ਆਫ ਕੈਮੀਕਲ ਆਊਟ ਕਲਰ ਕਿਹੜੀ ਕੋਟਨ ਖਤਮ ਹੋਗੀ ਰਾਈਟ ਆਨਸਰ ਹੋਵੇਗਾ ਅন্ডিਗੋ ਫੋਰਥ ਕੁਐਸਚਨ ਇਨ ਵਿੱਚ ਸਟੇਟ ਇਜ਼ ਇਕਾਤ ਜਿਹੜੀ ਇਕਾਤ ਸ਼ਹਿਰ ਦਾ ਨਾਮ ਹੈ ਉਹ ਭਾਰਤ ਦੇ ਕਿਹੜੇ ਰਾਜ ਵਿੱਚ ਹੈ ਕਰਨਾਟਕਾ ਦੇ ਵਿੱਚ ਪੰਜਵਾਂ ਦਾ ਸਾੜੀ ਇਜ਼ ਵੂਲਨ ਇਨ ਕੋਟਨ অর ਸਿਲਕ ਵੂਲਨ ਤੇ ਸਿਲਕ ਦੀ ਬਣਦੀ ਹੈ 6ਥ ਕੁਐਸਚਨ ਫੇਮਸ ਦਾ ਪਪੂਲਰ ਹੋਵੇਗਾ ਮੈਚ ਦਾ ਵਰਲਡ ਪ੍ਰੋਡਿਊਸ ਦਾ ਮੇਕ ਹੋਵੇਗਾ ਸਾਰੇ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਨੇ ਛੱਡ ਕੇ ਨਾ ਜਾਇਓ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਈ ਬੱਚੇ ਕਹਿੰਦੇ ਨੇ ਇਹਦੀ ਪੀਡੀਐਫ ਸਾਨੂੰ ਕਿੱਥੇ ਮਿਲੇਗੀ ਪੀਡੀਐਫ ਲਈ ਤੁਸੀਂ 98 784 24 494 ਇਹ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਕਰਕੇ ਗਰੁੱਪ ਦੇ ਅੰਦਰ ਜੁੜ ਸਕਦੇ ਹੋ ਅਕਾਲ ਸਟੱਡੀ ਟੈਲੀਗ੍ਰਾਮ ਗਰੁੱਪ ਵਟਸਐਪ ਗਰੁੱਪ ਉੱਥੇ ਇਹਦੀ ਪੀਡੀਐਫ ਮਿਲ ਜਾਵੇਗੀ ਅੱਗੇ ਪੇਪਰ ਕਰਦੇ ਆਪਾਂ ਪੇਪਰ ਦਾ ਅਗਲਾ 파ਰਟ ਗ੍ਰਾਮਰ ਨੂੰ ਕਵਰ ਕਰਦਾ ਸੈਕਸ਼ਨ B 6 ਨੰਬਰ ਦੀ ਗ੍ਰਾਮਰ ਦਾ ਇੱਕ ਕੁਐਸਚਨ ਆਵੇਗਾ ਐਪਲੀਕੇਸ਼ਨ ਤੇ ਲੈਟਰ ਦਾ ਇਹ ਦੋ ਐਪਲੀਕੇਸ਼ਨ ਤੇ ਲੈਟਰ ਇੰਪੋਰਟੈਂਟ ਨੇ ਓਪਨਿੰਗ ਐ ਡਿਸਪੈਂਸਰੀ ਸੈਕਿੰਡ ਹੈ ਆਈ ਟੀਜ਼ਿੰਗ ਇਨ ਸੋਸਾਇਟੀ ਦੋਵੇਂ ਐਪਲੀਕੇਸ਼ਨ ਦਾ ਸੋਲੂਸ਼ਨ ਆਪਾਂ ਤੁਹਾਨੂੰ ਕਰਵਾ ਦਿੰਨੇ ਆ ਵੈਸੇ ਤੁਹਾਡੀ ਬੁੱਕ ਦੇ ਅੰਦਰ ਵੀ ਹੈ ਟੀਚਰ ਨੇ ਵੀ ਕਰਵਾਇਆ ਹੋਣਾ ਆਪਾਂ ਵੀ ਤੁਹਾਨੂੰ ਇੱਕ ਵਾਰੀ ਦੱਸ ਦਿੰਨੇ ਆ ਓਪਨਿੰਗ ਐ ਡਿਸਪੈਂਸਰੀ ਵਾਲੀ ਲੈਟਰ ਵਿੱਚ ਸਭ ਤੋਂ ਪਹਿਲਾਂ ਉੱਪਰ ਐਡਰੈਸ ਲਿਖਣਾ ਹੁੰਦਾ ਇਹ ਐਡਰੈਸ ਲਿਖਿਆ ਹੋਇਆ ਤੁਸੀਂ ਉਹਰੇ ਕੋਈ ਵੀ ਐਡਰੈਸ ਲੀ ਸਕਦੇ ਹੋ ਲੈਟਰ ਆਪਾਂ ਡਿਪਟੀ ਕਮਿਸ਼ਨਰ ਨੂੰ ਲਿਖਣੀ ਹੈ ਜ਼ਿਲ੍ਹੇ ਦੇ ਡੀਸੀ ਅਫੀਸਰ ਨੂੰ ਲਿਖਣੀ ਹੈ ਲੈਟਰ ਵਿੱਚ ਸਬਜੈਕਟ ਪਾਣਾ ਹੁੰਦਾ ਇੱਕ ਨੰਬਰ ਦਾ ਸਬਜੈਕਟ ਆਂਦਾ ਸਬਜੈਕਟ ਹੈ ਓਪਨਿੰਗ ਏ ਡਿਸਪੈਂਸਰੀ ਉਸ ਤੋਂ ਬਾਅਦ ਲੈਟਰ ਦੀ ਬੋਡੀ ਲਿਖਣੀ ਹੈ ਲੈਟਰ ਦੀ ਬੋਡੀ ਜਿਵੇਂ ਉੱਤੇ ਲਿਖੇ ਹੋਇਆ ਮੋਸਟ ਰਿਸਪੈਕਟਫੁਲ ਵਈ ਦਾ ਰੈਜ਼ਿਡੈਂਸ ਆਫ ਬੋਪਾਲ ਵਿਲੇਜ ਰਿਕਵੈਸਟ ਯੋਰ ਓਨਰ ਟੂ ਓਪਨ ਅ ਡਿਸਪੈਂਸਰੀ ਇਨ ਬੋਪਾਲ ਵਿਲੇਜ ਇਟਸੈਲਫ ਐਕਸਪੈਕਟ ਫॉर ਡਿਸਪੈਂਸਰੀ ਦਾ ਵਿਲੇਜ ਹੈਜ਼ ਐਵਰੀ ਡਿਫਿਕਲਟੀ ਅਗਰ ਤੁਹਾਨੂੰ ਇਹ ਔਖੀ ਲੱਗਦੀ ਹੈ ਤੁਸੀਂ ਇਹਨੂੰ ਸੌਖੀ ਕਰਕੇ ਵੀ ਲਈ ਸਕਦੇ ਹੋ ਆਪਣੀ ਬੁੱਕ ਦੇ ਅੰਦਰੋਂ ਪਲੱਸ 2 ਦੀ ਬਾਕੀ ਇਹ ਸੌਖੀ ਹੈ ਇਹ ਆਪਣੀ ਤਾਰ ਲਓ ਇਹਦੀ ਪੀਡੀਐਫ ਤੁਹਾਨੂੰ ਦੇ ਦਿੱਤੀ ਜਾਵੇਗੀ ਮੈਂ ਪਹਿਲੇ ਵੀ ਕਿਹਾ ਨੰਬਰ ਤੇ ਵਟਸਐਪ ਮੈਸੇਜ ਕਰਕੇ ਪੀਡੀਐਫ ਦੇ ਦਿੱਤੀ ਜਾਵੇਗੀ ਤੁਹਾਨੂੰ ਇਹਦੀ ਤੁਸੀਂ ਇਹ ਓਪਨਿੰਗ ਵਾਲੀ ਡਿਸਪੈਂਸਰੀ ਵਾਲੇ ਲੈਟਰ ਯਾਦ ਕਰਕੇ ਜਾਣੀ ਇੰਪੋਰਟੈਂਟ ਹੈ ਉਸ ਤੋਂ ਬਾਅਦ ਸੈਕਿੰਡ ਲੈਟਰ ਕਿਹੜੀ ਹੈ ਸੈਕਿੰਡ ਲੈਟਰ ਵੈਰੀ ਵੈਰੀ ਇੰਪੋਰਟਡ ਹੈ ਐਪਲੀਕੇਸ਼ਨ ਫੋਰ ਟੇਕਿੰਗ ਸਟੈਪ ਟੂ ਸਟਾਪ ਆਈ ਟੀਜ਼ਿੰਗ ਆਈ ਟੀਜ਼ਿੰਗ ਹੁੰਦਾ ਵੀ ਜਿਹੜੀ ਅੱਜ ਕੱਲ੍ਹ ਲੋਕਾਂ ਦੇ ਅੰਦਰ ਆਪਸ ਵਿੱਚ ਦੁਸ਼ਮਣੀਆਂ ਪੈਦਾ ਹੋ ਰਹੀਆਂ ਨੇ ਉਹਨੂੰ ਰੋਕਣ ਲਈ ਸੋਸਾਇਟੀ ਦੇ ਅੰਦਰ ਸਟੈਪ ਚੱਕੋ ਇਹ ਲੈਟਰ ਦਾ ਬੋਡੀ ਵਗੈਰਾ ਦਿੱਤੀ ਹੋਈ ਆ ਤੁਸੀਂ ਯਾਦ ਕਰ ਲਿਓ ਸਾਰੀ ਇੱਕ ਵਾਰੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਆਈ ਵਾਂਟ ਟੂ ਯੂਅਰ ਕਾਈਂਡ ਅਟੈਂਸ਼ਨ ਟੂ ਪੁਆਇੰਟ ਥੈਟ ਆਈ ਅਲੋਂਗ ਵਿਦ ਦ ਮੋਸਟ ਆਫ ਮਾਈ ਫਰੈਂਡ ਆਮ ਬੀਇੰਗ ਫ੍ਰੀਕੁਐਂਟਲੀ ਡਿਸਟਰਬਡ ਬਾਈ ਆਈ ਟੀਜ਼ਰ ਔਨ ਦਾ ਵੇ ਕਾਲੇਜ ਯਾਨੀ ਕਿ ਅਸੀਂ ਕੋਲਜ ਜਾ ਰਹੇ ਸੀ ਕੁਝ ਗੁੰਡਿਆਂ ਨੇ ਮਸਟੰਡਿਆਂ ਨੇ ਮੰਦਿਰ ਨੇ ਸਾਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਰਹਿ ਗਈ ਕਰਨ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਅਸੀਂ ਹਾਊਸ ਵਿੱਚ ਘਰ ਵਾਪਸ ਆਏ ਤਾਂ ਵੀ ਦੀ ਸਿਚੁਏਸ਼ਨ ਇਜ਼ ਗੈਟਿੰਗ ਰੋਅ ਡੇ ਬਾਈ ਡੇ ਹਰ ਦਿਨ ਸਾਨੂੰ ਇਹ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈਂਦਾ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਆਲ ਰੈਡੀ ਟੂ ਆਫ आवर ਫਰੈਂਡ ਹੈਵ ਸਟੋਪਡ ਅਟੈਂਡਿੰਗ ਕੋਲਜ ਸਾਡੇ ਕਈ ਫਰੈਂਟਸ ਕਰਕੇ ਕੋਲਜ ਤੋਂ ਹਟ ਗਏ ਹਨ ਇਵੇਂ ਕਰਕੇ ਤੁਸੀਂ ਇਹ ਸਾਰੀ ਲੈਟਰ ਨੂੰ ਯਾਦ ਕਰ ਲਿਓ 6 ਨੰਬਰ ਆਪਣੇ ਪੱਕੇ ਕਰ ਲਓ ਲੈਟਰ ਵੈਰੀ ਵੈਰੀ ਇੰਪੋਰਟੈਂਟ ਹੈ ਠੀਕ ਹੈ ਜੀ ਅਗਰ ਡਾਊਟ ਹੋਵੇ ਤਾਂ ਹਮ ਕਮੈਂਟ ਬਾਕਸ 'ਚ ਮੈਸੇਜ ਕਰ ਦਿਓ ਆਈ ਟੀਜ਼ਿੰਗ ਵਾਲੀ ਲੈਟਰ ਹੈ ਨੈਕਸਟ ਪਾਰਟ ਪੇਪਰ ਦਾ ਕਵਰ ਕਰਦੇ ਆਪਾਂ ਟਰਾਂਸਲੇਸ਼ਨ ਚਾ ਨੰਬਰ ਦੀ ਟਰਾਂਸਲੇਸ਼ਨ ਆਵੇਗੀ ਪੰਜਾਬੀ ਟੂ ਇੰਗਲਿਸ਼ ਇੰਗਲਿਸ਼ ਟੂ ਪੰਜਾਬੀ ਇਹ ਦਿੱਤੀ ਹੋਈ ਹੈ ਆਪਾਂ ਇਹਦਾ ਸੋਲੂਸ਼ਨ ਕਰਦੇ ਆਂ ਟਰਾਂਸਲੇਸ਼ਨ ਦਾ ਕੋਸ਼ਨ ਹੈ children were not playing ਇਹਦਾ ਆਨਸਰ ਹੋਵੇਗਾ ਬੱਚੇ ਖੁਸ਼ ਨਹੀਂ ਸਨ ਸੈਕੰਡ ਹੈ this house is for sale ਇਹ ਘਰ ਵਿਕਰੀ ਲਈ ਹੈ ਯਾਨੀ ਕਿ ਇਹ ਘਰ ਵਿਕਾਊ ਹੈ ਦੋਵੇਂ ਤਰ੍ਹਾਂ ਤੁਸੀਂ ਲਿਖ ਸਕਦੇ ਹੋ ਇਹਨੂੰ ਨੈਕਸਟ ਨੈਕਸਟ ਹੁਣ ਪੰਜਾਬੀ دی ہوئی ਹੈ ਇਹਦੀ انگلش ਬਣਾਣੀ ਆਪਾਂ ਨੇ ਤੁਸੀਂ ਠੀਕ ਹੋ ਆਨਸਰ ਹੋਵੇਗਾ ਯੂ ਆਰ ਫਾਈਨ ਚੌਥਾ ਇਹ ਆਮ ਰਸਤਾ ਨਹੀਂ ਹੈ ਅਨਸਰ ਹੋਵੇਗਾ this is not a ordinary path ਠੀਕ ਹੈ ਜੀ ਬਾਕੀ ਕਾਲ ਸਟੱਡੀ ਚੈਨਲ ਤੇ ਇਹਦੀ ਪੀਡੀਐਫ ਤੁਹਾਨੂੰ ਮਿਲ ਜਾਵੇਗੀ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਕਰਕੇ ਗਰੁੱਪ ਦੇ ਅੰਦਰ ਜੁੜੋ ਫੁੱਲੀ ਸੋਲਵਡ ਪੀਡੀਐਫ ਸੈਂਪਲ ਪੇਪਰ ਦੀ ਇਹਦੀ ਇੰਗਲਿਸ਼ ਦੇ ਮਿਲ ਜਾਵੇਗੀ ਵੈਰੀ ਵੈਰੀ ਇੰਪੋਰਟੈਂਟ ਸੈਂਪਲ ਪੇਪਰ ਹੈ ਅੱਗੇ ਕਰਦੇ ਹਾਂ డు ਐਜ਼ ਡਾਇਰੈਕਟਿਡ ਕਿੱਕ ਇੱਕ ਨੰਬਰ ਦੀ ਗ੍ਰਾਮਰ ਫਿਲਿੰਗ ਦਾ ਬਲੈਂਕਸ ਵਾਲੀ ਜਿਵੇਂ ਡਿਟਰਮੀਨਰ ਭਰਨੇ ਨੇ ਇਨਫਾਈਨੀਟਿਵ ਜੀਰੈਂਡ ਪਾਰਟਿਸਪਲ ਇਹ ਸਾਰਾ ਸੋਲੂਸ਼ਨ ਆਪਾਂ 8 ਦੇ 8 ਨੰਬਰ ਦਾ ਤੁਹਾਡਾ ਪੱਕਾ ਕਰਵਾ ਦਿੰਨੇ ਆ ਪੇਪਰ ਦੇ ਅੰਦਰ ਵੀ ਸੇਮ ਹੀ ਕੁਐਸਚਨ ਆਣਗੇ ਕਈ ਵਾਰ ਇੱਕ ਦੋ ਵਾਰ ਸਟੇਟਮੈਂਟ ਚੇਂਜ ਹੋ ਜਾਂਦੀ ਆ ਪਰ ਡਰਨ ਦੀ ਲੋੜ ਨਹੀਂ ਆਪਾਂ ਤੁਹਾਨੂੰ ਨਾਲ ਦੀ ਨਾਲ ਇਹਦੇ ਰੂਲ ਵੀ ਸਮਝਾਵਾਂਗੇ ਅਗਰ ਪੇਪਰ ਦੇ ਅੰਦਰ ਕੁਐਸਚਨ ਦੀ ਸਟੇਟਮੈਂਟ ਚੇਂਜ ਹੋ ਗਈ ਤਾਂ ਵੀ ਕੀ ਕਰਨਾ ਵੈਸੇ ਤੇ ਕੁਐਸਚਨ ਇਹੀ ਬਣਨਗੇ ਦੇਖਿਓ ਤੁਸੀਂ ਫਸਟ ਕੁਐਸਚਨ ਸ਼ੀ ਇਜ਼ ਐਜ਼ ਪਿਓਰ ਐਜ਼ ਐਂਜਲ ਉਰੇ ਆਪਣਾ ਕੀ ਫਿਲ ਕਰਨਾ ਪਹਿਲੇ ਦੇ ਅੰਦਰ ਪਹਿਲੇ ਦੇ ਅੰਦਰ ਆਪਾਂ ਫਿਲ ਕਰਾਂਗੇ ਐਨ ਐਨ ਤੇ ਟਿੱਕ ਲਾ ਲਓ ਸੈਕੰਡ ਡੈਸ਼ ਰੋਡ ਲੀਡਸ ਟੂ ਅੰਮ੍ਰਿਤਸਰ ਦਿਸ ਲੋ ਰੋਡ ਠੀਕ ਹੈ ਨਾ ਤਾਂ ਉਰੇ ਪਾ ਲਓ ਦਿਸ ਸੈਕੰਡ ਦੇ ਅੰਦਰ ਕੀ ਫਿਲ ਕਰਾਂਗੇ ਦਿਸ ਥਰਡ ਆਈ ਹੈਵ ਡੈਸ਼ ਫਰੈਂਡ ਇਨ ਦਾ ਸਿਟੀ ਮੈਨੀ ਫਰੈਂਡ 3rd ਦੇ ਅੰਦਰ ਕੀ ਫਿੱਲ ਕਰਾਂਗੇ ਮੈਨੀ 4th ਗੰਗਾ ਇਜ਼ ਏ ਸੈਕ੍ਰੇਡ ਰਿਵਰ ਦਾ ਗੰਗਾ 4th ਦੇ ਅੰਦਰ ਕੀ ਕਰਾਂਗੇ ਦਾ ਕਿਉਂਕਿ ਗੰਗਾ ਇਕਲ ਸਪੈਸ਼ਲ ਰਿਵਰ ਹੈ ਤਾਂ ਕਰਕੇ ਉਹਦੇ ਦਾ ਭਰਾਂਗੇ 5th देयर ਇਜ਼ ਨਾਥਿੰਗ ਟੂ ਸੇ ਨਾਥਿੰਗ ਟੂ ਸੇ ਕਿਉਂਕਿ ਇਨਫਾਈਨਿਟੀ ਭਰਨਾ ਤਾਂ ਟੂ ਸੇ ਆਏਗਾ 6th ਹੀ ਇਜ਼ ਫੌਂਡ ਆਫ ਸਵਿਮ ਹੈ ਤਾਂ ਇਹਦੇ ਨਾਲ ਆਈ ਐਨ ਜੀ ਲਾ ਦਾਂਗੇ ਆਪਾਂ ਭਰ ਦਈਏ 스ਵਿਮਿੰਗ ਕਿਉਂਕਿ ਜੀਰੰਡ ਫਿਲ ਕਰਨਾ ਜੀਰੰਡ ਦੇ ਵਿੱਚ ਆਈ ਐਨ ਜੀ ਲਾਣਾ ਹੁੰਦਾ ਤਾਂ ਉਹ ਇਹ ਹੋ ਜਾਏਗਾ সুইਮਿੰਗ ਸੈਵੰਥ ਹੀ ਪ੍ਰਿਫਰਸ ਡੈਸ਼ ਇੰਡੀਅਨ ਫੂਡ ਈਟ ਹੈ ਤਾਂ ਉਹ ਵੀ ਬਣ ਜਾਏਗਾ ਈਟਿੰਗ ਹੀ ਪ੍ਰਿਫਰ ਈਟਿੰਗ ਕਿਉਂਕਿ ਜੀਰੰਡ ਭਰਨਾ ਜਿੱਥੇ ਵੀ ਜੀਰੰਡ ਆ ਜਾਏ ਨਾਲ ਉਹਦੇ ਆਈ ਐਨ ਜੀ ਲਾ ਦੇਣਾ ਜਿੱਥੇ ਜੀਰੰਡ ਆਏ ਵਰਬ ਦੀ ਪਹਿਲੀ ਫਾਰਮ ਦੇ ਨਾਲ ਆਈ ਐਨ ਜੀ ਲਾ ਦੇਣਾ ਏਟ ਮਾਈ ਫਾਦਰ ਇਜ਼ ਅ ਡੈਸ਼ ਮੈਨ ਰਿਟਾਇਰ ਹੈ ਤਾਂ ਪਿੱਛੇ ਡੀ ਆ ਜਾਏਗਾ ਰਿਟਾਇਰਡ ਕਿਉਂਕਿ ਪਾਰਟਿਸਪਲ ਭਰਨਾ ਉਹਰੇ 8 ਨੰਬਰ ਹੋਗੇ ਨਾ ਪੱਕੇ ਦੇਖੋ ਕਿੰਨਾ ਸੋਖਾ ਸਕਰੀਨ ਸ਼ਾਟ ਖਿੱਚ ਲਓ ਇਹਦਾ ਫਰੈਂਡਸ ਨਾਲ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਕਲਾਸ ਗਰੁੱਪ ਦੇ ਅੰਦਰ ਸਕੂਲ ਗਰੁੱਪ ਦੇ ਅੰਦਰ ਕਿਉਂਕਿ ਆਪਾਂ ਇਹ ਸੈਂਪਲ ਪੇਪਰ ਇੰਪੋਰਟੈਂਟ ਕਰਵਾਨੇ ਆ ਪੂਰੇ YouTube ਤੇ ਕੋਈ ਨਿਗਰਵਾਨਦਾ ਬਾਕੀ ਵੀ ਕਰਵਾਵਾਂਗੇ ਸਾਰੇ ਸਬਜੈਕਟਾਂ ਦੇ ਅੱਗੇ ਦੇਖੋ ਫੀਲ ਇਨ ਦਾ ਬਲੈਂਕਸ ਹੋਗੇ ਨੈਕਸਟ ਲਿਟਰੇਚਰ ਲਿਟਰੇਚਰ ਦਾ ਪਾਰਟ ਆ ਗਿਆ ਜੀ ਦੇਖੋ ਸੈਕਸ਼ਨ ਸੀ ਲਿਟਰੇਚਰ ਸ਼ਾਰਟ ਅਨਸਰ ਵਨ ਮਾਰਕਸ ਕੁਐਸਚਨ ਇੰਟੈਂਸਿਵ ਸਟੱਡੀ ਦੇ ਸਾਰੇ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਨੇ ਸਾਰੇ ਕਰਵਾ ਦਾਂਗੇ ਤੁਹਾਨੂੰ ਸੱਤ ਕੁਐਸਚਨ ਨੇ ਟਿੱਕ ਮਾਰਕ ਵਾਲੇ ਨੇ 1 1 ਨੰਬਰ ਦੇ ਸੱਤ ਅੱਠ ਕੁਐਸਚਨ ਨੇ ਪਹਿਲੇ ਇਹਦਾ ਆਨਸਰ ਦੇਖੋ ਪਹਿਲਾ ਹਸਨ ਵੋਜ਼ ਏ ਬ੍ਰਿਲਿਅੰਟ ਟਰੂ ਜਾਂ ਫਾਲਸ ਟਰੂ ਹਸਨ ਬ੍ਰਿਲਿਅੰਟ ਸੀ ਪੜਾਈ ਦੇ ਵਿੱਚ ਨਹੀਂ ਸੀ ਪਰ ਵੈਸੇ ਬ੍ਰਿਲਿਅੰਟ ਸੀ ਉਹ ਸੈਕੰਡ ਹਾਊ ਡਿਡ ਹਸਨ ਸਪੈਂਡ 올 ਹਿਸ ਟਾਈਮ ਉਹ ਆਪਣਾ ਟਾਈਮ ਕਿਵੇਂ ਸਪੈਂਡ ਕਰਦਾ ਸੀ ਇਹਦੇ ਆਪਾਂ ਨੇ ਵੈਸੇ ਸੋਲੂਸ਼ਨ ਕਰਵਾਏ ਨੇ ਤੁਸੀਂ ਕੁਐਸਚਨ ਦੀ ਇਹਦੀ ਫੋਟੋ ਖਿੱਚ ਲਿਓ ਸੋਲੂਸ਼ਨ ਇਹ ਤੁਹਾਨੂੰ ਮੈਂ ਦੱਸਦਾ ਅਨਸਰ ਮਿਲ ਗਏ ਨੇ ਇਹਨਾਂ ਦੇ ਟ੍ਰੂ ਹਸ ਹਸਪੈਂਡ ਇੰਟਾਇਰ ਨਾਈਟ ਚੈਟਿੰਗ ਵਿਦ ਹਿਸ ਫਰੈਂਡਸ ਅੱਠ ਦੇ ਅੱਠ ਕੁਐਸਚਨਾਂ ਦੇ ਅਨਸਰ ਨੇ ਇਹਦੀ ਤੁਸੀਂ ਦੇਖ ਲਓ ਆਪਣੇ ਖਿੱਚ ਲਓ ਇਹਦਾ ਸਕਰੀਨਸ਼ਾਟ ਖਿੱਚ ਲਓ ਅੱਠ ਦੇ ਅੱਠ ਕੁਐਸਚਨਾਂ ਦੇ ਇੰਪੋਰਟੈਂਟ ਨੇ ਅੱਠ ਕੁਐਸਚਨ ਇੱਕ ਇੱਕ ਨੰਬਰ ਦੇ ਨੇ ਲਿਖ ਲਓ ਆਪਣੀ ਕਾਪੀ ਤੇ ਨੋਟ ਕਰ ਲਓ ਇਹ ਅੱਠ ਨੰਬਰ ਦੇ ਜਿਹੜੇ ਕੁਐਸਚਨ ਨੇ ਕਵੈਸ਼ਨ ਕਿੱਥੇ ਨੇ ਕਵੈਸ਼ਨ ਵੀ ਤੁਹਾਨੂੰ ਦਿਖਾ ਦਿੰਦਾ ਮੈਂ ਜਿਵੇਂ ਆ ਪਹਿਲਾ ਕਵੈਸ਼ਨ ਸੀ ਨਾ ਇਹਦਾ ਟ੍ਰੂ ਲਾਣਾ ਤੁਸੀਂ ਸੈਕਿੰਡ ਦਾ ਪਿੱਛੇ ਦੱਸੀ ਜਿਹੜੀ ਉਹਦੇ ਅੰਦਰ ਲਿਖੋ ਥਰਡ ਫਲਿੱਪ სპੈਂਟ ਹਿਸ ਟਾਈਮ ਪਲੇਇੰਗ ਡੈਸ਼ ਅਪਾਰਟ ਲਰਨਿੰਗ 뮤జిਕ 뮤직 ਤੋਂ ਇਲਾਵਾ ਹੋਰ ਕੀ ਕੰਮ ਕਰਦਾ ਸੀ ਉਹ ਬੇਸਬਾਲ ਖੇਡਦਾ ਸੀ ਗੇਮ ਹੁੰਦੀ ਐ ਇੱਕ ਬੇਸਬਾਲ ਫੋਰਥ ਕਵੈਸ਼ਨ ਫਲਿੱਪ ਸਰਵਡ ਐਜ਼ ਏ ਬੈਂਡ ਮਾਸਟਰ ਫੋਰ ਡੈਸ਼ ਡਿਫਰੈਂਟ ਪ੍ਰੈਜ਼ੀਡੈਂਟ ਪੰਜ ਪੰਜ ਪ੍ਰੈਜ਼ੀਡੈਂਟ ਨਾਲ ਉਹਨੇ ਕੰਮ ਕੀਤਾ ਪੰਜ ਪ੍ਰੈਜ਼ੀਡੈਂਟ ਨਾਲ 5 ਲਿਖ ਦਿਓ ਚਾਹੇ ਉਹ ਰੰਗਲਿਸ਼ ਦੇ ਅੰਦਰ ਲਿਖ ਦਿਓ 5 ਪੰਜਵਾਂ ਕੁਐਸ਼ਨ ਡੈਸ਼ ਪ੍ਰੋਪਗੇਟਰ ਦਾ ਟਰਮ ਲੇਟਰ ਥਿੰਕਿੰਗ ਲੇਟਰ ਥਿੰਕਿੰਗ ਕਿਸ ਨੇ ਦਿੱਤੀ ਸੀ ਰਾਈਟਰ ਦਾ ਨਾਮ ਲਿਖਣਾ ਹੈ ਆਪਾਂ ਪਿੱਛੇ ਤੁਹਾਨੂੰ ਦੱਸ ਦਿਆਂ ਹੁਣ 6ਵਾਂ ਕੁਐਸ਼ਨ ਕਿੰਨੇ ਲਈ ਕਿੰਨੇ ਦਿਨ ਲਈ ਉਹਨੇ ਲੋਨ ਰਿਟਰਨ ਕਰਨਾ ਸੀ ਆਫਟਰ 2 ਵੀਕ ਬਾਅਦ 7ਵਾਂ ਕੁਐਸ਼ਨ ਹੂ ਟੈਂਪਟਡ ਔਨ ਦਾ ਟੋਫ ਰਾਈਟਰ ਦਾ ਬੱਸ ਕੰਡਕਟਰ ਇਹ 8 ਕੁਐਸ਼ਨ ਨੇ ਸਕਰੀਨਸ਼ਾਟ ਖਿੱਚੋ ਕੁਐਸ਼ਨ ਲਿਖੋ ਕਾਪੀ ਤੇ ਇਹੇ 8 ਕੁਐਸ਼ਨਾਂ ਦੇ ਆਨਸਰ ਨੇ ਇਹਦਾ ਵੀ ਸਕਰੀਨਸ਼ਾਟ ਖਿੱਚੋ ਤੇ ਉਹਨਾਂ ਦੇ ਆਨਸਰ ਲਿਖੋ ਯਾਦ ਕਰੋ ਇੰਪੋਰਟੈਂਟ ਨੇ ਪੇਪਰ ਦੇ ਅੰਦਰ ਬਣ ਸਕਦੇ ਨੇ ਨੈਕਸਟ ਦੇਖੋ ਦੂਜੀ ਬੁੱਕ ਦੇ ਅੰਦਰੋਂ 7 ਕੁਐਸ਼ਨ ਇੱਕ ਇੱਕ ਨੰਬਰ ਦੇ ਪਹਿਲਾ ਕੁਐਸ਼ਨ ਹੂ ਇਜ਼ ਦਾ ਰਾਈਟਰ ਆਫ ਦਾ ਲੈਸਨ ਭੋਲੀ ਭੋਲੀ ਦਾ ਲੈਸਨ ਕਿੰਨੇ ਲਿਖਿਆ ਕੇ ਏ ਅਬਾਸ ਬੁੱਕ ਦੇ ਅੰਦਰ ਵੀ ਤੁਸੀਂ ਲਿਖ ਸਕਦੇ ਹੋ ਕਿ ਏ ਅਬਾਸ ਸੈਕਿੰਡ ਦਾ ਨੇਮ ਆਫ ਗਾਰਡਨਰ ਵਾਸ ਰਾਮ ਲਾਲ ਗਾਰਡਨਰ ਦਾ ਨਾਮ ਰਾਮ ਲਾਲ ਸੀ ਜਿਹੜਾ ਮਾਲੀ ਨਹੀਂ ਇਹਦਾ ਆਏਗਾ ਫਾਲਸ 3rd ਕੁਐਸਚਨ ਵਟ ਵਾਸ ਦਾ ਰੈਡ ਹੈਡ ਪੁਲਿਸਮੈਨ ਕੈਰੀਂਗ ਇਨ ਹਿਸ ਹੈਂਡ ਗੂਸ 베ਰੀਜ਼ ਇਹਨਾਂ ਦੇ ਆਨਸਰ ਵੀ ਆਪਾਂ ਤੁਹਾਨੂੰ ਅੱਗੇ ਕਰਵਾਉਂਦੇ ਆ ਪੀਡੀਆ ਵੀ ਸੈਂਡ ਕਰਦੇ ਆ ਪਰ ਇੱਕ ਵਾਰੀ ਮੂੰਹ ਜਵਾਨੀ ਸੁਣ ਲਓ ਹੂ ਵਾਸ ਚੇਸਿੰਗ ਦਾ ਡੌਗ ਹਰੀਕਣ ਉਹ ਰਿਕਨ ਚੇਸਿੰਗ ਦਾ ਡੋ ਕਰ ਰਿਹਾ ਸੀ ਹਾਊ ਮੈਨੀ ਸਿਬਲਿੰਗ ਡਿਡ ਭੋਲੀ ਹੈ ਭੋਲੀ ਦੇ ਕਿੰਨੇ ਸਿਬਲਿੰਗ ਸੀ 6 ਕਿੰਨੇ ਸਿਬਲਿੰਗ ਸੀ ਭੋਲੀ ਦੇ 6 ਭੈਣ ਭਰਾ ਸੀ ਭੋਲੀ ਵਾਸ ਦਾ ਐਲਡਰਸ ਡਾਟਰ ਆਫ ਰਾਮ ਲਾਲ ਕੀ ਭੋਲੀ ਰਾਮ ਲਾਲ ਦੀ ਸਭ ਤੋਂ ਵੱਡੀ ਕੁੜੀ ਸੀ ਗਲਤ ਹੈ ਛੋਟੀ ਕੁੜੀ ਸੀ ਇਹਦਾ ਹੀ ਫਾਲਸ ਆਏਗਾ 7th ਹੂ ਵਾਸ ਦਾ ਹੈਡ ਗਰਲ ਇਨ ਮਿਸ ਬੀਮ ਸਕੂਲ ਜਿਹੜੀ ਮਿਸ ਬੀਮ ਦੇ ਸਕੂਲ ਦੇ ਵਿੱਚ ਗਰਲ ਹੈ ਉਹਦਾ ਨਾਮ ਕੀ ਸੀ ਮਿਲੀ ਕੀ ਨਾਮ ਸੀ ਉਹਦਾ ਮਿਲੀ ਠੀਕ ਹੈ ਜੀ ਦੇਖੋ 1 ਮਿੰਟ ਦੇ ਅੰਦਰ ਸਾਰਾ ਕਰਵਾ ਦੇ ਆਪਾਂ ਨੇ ਸੱਤ ਦੇ ਸੱਤ ਕੁਸ਼ਨਾ ਦੀ ਫੋਟੋ ਖਿੱਚੋ ਸਕਰੀਨਸ਼ਾਟ ਲੋ ਕਾਪੀ ਤੇ ਨੋਟ ਕਰੋ ਯਾਦ ਕਰੋ ਆਨਸਰ ਕਿੱਥੇ ਨੇ ਇਹਨਾਂ ਦੇ ਆਨਸਰ ਵੀ ਤੁਹਾਨੂੰ ਦੱਸ ਦਿੰਨੇ ਆ ਇਹੇ ਰਹੇ ਉਹਨਾਂ ਦੇ ਆਨਸਰ ਵੈਸੇ ਆਪਾਂ ਨੇ ਕਰ ਵੀ ਲਏ ਪਹਿਲੇ ਦਾ ਕੇਬਾਸ ਆਣਾ ਦੂਜੇ ਦਾ ਫਾਲਸ ਤੀਜੇ ਦਾ ਏ ਸੀਓ ਫੁੱਲ ਗੂਸਬੈਰੀਜ਼ ਚੌਥੇ ਦਾ ਨਾਮ ਕੀ ਸੀ ਬੰਦੇ ਦਾ ਹਰੀਕਨ ਪੰਜਵੇਂ ਦਾ 6ਵੇਂ ਦਾ ਫਾਲਸ 7ਵੇਂ ਦਾ ਮਿਲੀ ਕਾਰ ਸਟਡੀ ਚੈਨਲ ਹੈ ਟੈਲੀਗ੍ਰam ਗਰੁੱਪ ਤੇ ਪੀਡੀਐਫ ਮਿਲ ਜਾਵੇਗੀ ਦੀ ਨੰਬਰ ਤੇ ਮੈਸੇਜ ਕਰਕੇ ਪੀਡੀਐਫ ਲੋ ਪੇਪਰ ਦੇ ਨੈਕਸਟ ਪਾਰਟ ਦੇ ਅੰਦਰ ਸਟੈਂਜਾ ਆ ਗਿਆ ਪੋਇਮ ਦਾ ਸਟੈਂਜਾ ਵਾਂਸ ਅਪੋਨ ਅ ਟਾਈਮ ਵਾਲੀ ਜਿਹੜੀ ਪੋਇਮ ਆ ਉਹਦੇ ਅੰਦਰ ਉਹ ਦਿੱਤਾ ਹੋਇਆ ਇਹਦੇ ਕੁਐਸਚਨ ਆਨਸਰ ਫੁੱਲੀ ਸੋਲਵਡ ਕਰਦੇ ਆ ਚਾਰ ਕੁਐਸਚਨ ਨੇ ਚਾਰ ਦੇ ਆਨਸਰ ਉਸ ਤੋਂ ਬਾਅਦ ਸੈਂਟਲਾਈਟ ਆਈਡੀਆ ਦੋ ਪੋਇਮਾਂ ਦਾ ਸੈਂਟਲਾਈਟ ਆਇਆ ਹੋਇਆ own friendship once upon a time ਤਾਂ ਪਤਾ ਨੂੰ ਇੱਕ ਦਾ ਕਰਵਾ ਦਿੰਨੇ ਆ own friendship ਦਾ ਜੋ ਕਿ ਬਹੁਤ ਹੀ ਇੰਪੋਰਟੈਂਟ ਹੈ ਸਟੈਂਜੇ ਦੇ ਕੁਸ਼ਚਨ ਆਨਸਰ ਦੇਖੋ once upon ਵਾਲੀ ਟਾਈਮ ਪੋਇਮ ਦੇ ਇਹ ਸਟੈਂਜਾ ਦਿੱਤਾ ਹੋਇਆ ਪੇਪਰ ਦੇ ਅੰਦਰ ਹੀ ਮੇ ਆਏਗਾ ਕੁਸ਼ਚਨ ਲਿਖੇ ਹੋਏ ਆਣਗੇ ਕੁਸ਼ਚਨ A B C D ਇਵੇਂ ਇਹਨਾਂ ਦੇ ਆਨਸਰ ਦੇਖੋ ਹੁਣ ਨੀਚੇ ਪਹਿਲਾ ਕੁਐਸਚਨ ਹੈ ਹਾਊ ਡਿਡ ਦਾ ਪੀਪਲ ਲਾਫ ਇਨ 올ਡ ਡੇ ਹਾਊ ਡਿਡ ਦੇ ਲਾਫ ਨਾਓ ਆਨਸਰ ਇਹਦਾ ਹੈਗਾ ਇਨ 올ਡ ਡੇ ਪੀਪਲ ਲਾਫ ਸਿਨਸਰਲੀ ਐਂਡ ਨੇਚਰਲੀ ਦੇ ਲਾਫਡ ਓਵਰ ਰੀਅਲ ਜੋਏ ਬਾਇ ਹਰਟ ਸੈਕੰਡ ਕੁਐਸਚਨ ਨੇਮ ਦਾ ਪੋਇਟ ਐਂਡ ਦਾ ਪੋਇਮ ਇਹਦਾ ਆਨਸਰ ਹੈਗਾ ਦਾ ਨੇਮ ਆਫ ਦਾ ਪੋਇਮ ਇਜ਼ ਵਾਂਸ ਅਪਨ ਅ ਟਾਈਮ ਤੇ ਇਹਦਾ ਰਾਈਟਰ ਦਾ ਨਾਮ ਕੀ ਹੈ ਗਿਬਰਾਇਲ ਓਕਰਾ ਥਰਡ ਐਕਸਪਲੇਨ ਦੇ ਲਾਫ ਵਿਦ देयर ਟੀਥ ਅਨਸਰ ਹੈਗਾ ਇਹਦਾ देयर ਲਫਟਰ ਇਜ਼ ਆਰਟੀਫੀਸ਼ੀਅਲ देयर ਇਜ਼ ਨੋ ਫੀਲਿੰਗ ਆਫ ਜੋਏ ਇਨ देयर ਲਫਟਰ 4th d ਹਾਊ ਡੂ देयर ਆਈਸ ਲੁੱਕ ਨਾਓ ਅਨਸਰ देयर ਆਈਸ ਲੁੱਕ ਕੋਲਡ ਐਂਡ ਫੀਲਿੰਗਲੈਸ ਓਨ ਫਰੈਂਡਸ਼ਿਪ ਪੋਇਮ ਦਾ ਸੈਂਟਲ ਆਈਡੀਆ ਵੈਰੀ ਇੰਪੋਰਟੈਂਟ ਹੈ ਚਾਰ ਨੰਬਰ ਦਾ ਪੇਪਰ ਦੇ ਅੰਦਰ ਆਣਾ ਲਿਖੀ ਕਿੰਨੇ ਆ ਕਹਾਣੀ ਗਿਬਰਾਨ ਨੇ ਲਿਖੀ ਹੋਈ ਹੈ ਇਹ ਸੈਂਟਲਾਈਟ ਹੈ ਤੁਸੀਂ ਯਾਦ ਕਰ ਲਿਓ ਮੈਂ ਤੁਹਾਨੂੰ ਪ੍ਰੋਵਾਈਡ ਕਰ ਦਿੱਤਾ ਇੱਕ ਦੋ ਲਾਈਨ ਆਪਾਂ ਪੜ੍ਹ ਲੈਨੇ ਆ ਥਿਸ ਪੋਇਮ ਟੈਲਸ ਅਸ ਅਬਾਊਟ ਫਰੈਂਡਸ਼ਿਪ ਬਾਇ ਪ੍ਰੇਜ਼ਿੰਗ ਇਟਸ ਵਰਚੂਅਲ ਐਂਡ ਐਡਵੈਂਚਰ ਇਹ ਫਰੈਂਡ ਇਜ਼ ਅ ਗੁੱਡ ਗਿਫਟ ਟੂ ਅਸ ਫਰੈਂਡ ਬਾਰੇ ਵਧੀਆ ਵਧੀਆ ਗੱਲਾਂ ਲਿਖਣੀਆਂ ਨੇ ਜਿਵੇਂ ਆਪਾਂ ਮਾਈ ਫਰੈਂਡ ਲਿਖਦੇ ਸੀ ਤੁਸੀਂ ਲਿਖ ਲਿਓ ਨੈਕਸਟ 8ਵਾਂ ਤੇ 9ਵਾਂ ਕੁਐਸਚਨ ਵੱਡੇ ਕੁਐਸਚਨ ਨੇ ਕੈਰੈਕਟਰ ਸਕੈਚ ਓ ਫਿਲਿਪ ਸੋਸਾ ਕੈਰੈਕਟਰ ਸਕੈਚ ਓ ਮਿਸ ਬੀਮ theme of the chapter onsing please theme of the chapter chameleon ਇਹ ਚਾਰੇ ਦੇ ਚਾਰੇ ਕੁਸ਼ਨ ਇੰਪੋਰਟੈਂਟ ਨੇ ਪੇਪਰ ਦੇ ਅੰਦਰ ਕੀ ਪਤਾ ਕਿਹੜਾ ਕੁਸ਼ਨ ਬਣ ਜਾਵੇ ਕਰੈਕਟਰ ਸਕੈਚ ਦਾ ਕੋਈ ਛੱਡ ਕੇ ਨਾ ਜਾਇਓ ਹਸਨ ਦਾ ਕਰੈਕਟਰ ਸਕੈਚ ਵੀ ਇੰਪੋਰਟੈਂਟ ਹੈ ਮਿਸ ਬੀਮ ਦਾ ਇੰਪੋਰਟੈਂਟ ਹੈ ਭੌਲੀ ਦਾ ਇੰਪੋਰਟੈਂਟ ਹੈ ਕਰੈਕਟਰ ਸਕੈਚ ਨਾ ਕੋਈ ਛੱਡ ਕੇ ਜਾਓ ਫੇਰ ਨਾ ਗਿਆ ਉਹ ਸਰ ਨੇ ਦੱਸਿਆ ਨਹੀਂ ਸੀ ਇਹਨਾਂ ਦੇ ਸੋਲੂਸ਼ਨ ਦੇਖੋ ਵੱਡੇ ਕੁਸ਼ਨਾਂ ਦੇ ਮਿਸ ਬੀਮ ਦਾ ਕਰੈਕਟਰ ਸਕੈਚ ਮਿਸ ਬੀਮ ਵਾਸ ਅ ਕਾਈਂਡ ਹਰਟਡ ਦਲੂ ਲੇਡੀ ਸੀ ਏਜਡ ਬੁੱਢੀ ਔਰਤ ਸੀ ਇੰਪ੍ਰੈਸਿਵ ਗੱਲਬਾਤ ਵਧੀਆ ਢੰਗ ਨਾਲ ਕਰਦੀ ਸੀ ਫੁੱਲ ਔਫ ਅੰਡਰਸਟੈਂਡਿੰਗ ਦੂਜਿਆਂ ਦੀ ਮੁਸ਼ਕਲਾਂ ਨੂੰ ਸਮਝਦੀ ਸੀ ਸੀ ਸਟਾਰਟਡ ਅ ਨਿਊ ਸਕੂਲ ਨੋਨ ਐਸ ਸਕੂਲ ਫੋਰ ਸਿੰਪਥੀ ਉਹਨੇ ਇੱਕ ਆਪਣਾ ਸਕੂਲ ਖੋਲ੍ਹਿਆ ਸੀ ਜਿਸ ਦਾ ਨਾਮ ਸੀ ਦਾ ਸਕੂਲ ਫੋਰ ਸਿੰਪਥੀ ਇੰਪੋਰਟੈਂਟ ਸਕੂਲ ਸਬਜੈਕਟ ਵਰ ਟੌਟ ਇਨ ਦਾ ਸਕੂਲ ਸਕੂਲ ਦੇ ਅੰਦਰ ਸਾਰੇ ਸਬਜੈਕਟ ਪੜ੍ਹਾਏ ਜਾਂਦੇ ਸੀ ਬਟ ਦੀ ਸਕੂਲ ਵਾਸ ਡਿਫਰੈਂਟ ਇਨ ਵਨ ਰਿਸਪੈਕਟ ਬਾਕੀ ਸਕੂਲਾਂ ਨਾਲੋਂ ਇਹ ਕਿ ਢੰਗ ਨਾਲ ਅਲੱਗ ਸੀ। ਹੇਰ ਦਾ ਸਟੂਡੈਂਟ ਵਰ ਗਿਵਨ ਟ੍ਰੇਨਿੰਗ ਇਨ ਗੁੱਡ ਕੁਆਲਿਟੀਆਂ। ਇਸ ਸਕੂਲ ਦੇ ਅੰਦਰ ਪੜ੍ਹਾਈ ਦੇ ਨਾਲ-ਨਾਲ ਲੋਕਾਂ ਨੂੰ ਗੁੱਡ ਕੁਆਲਿਟੀਆਂ ਚੰਗੇ ਗੁਣ ਵੀ ਪੈਦਾ ਕੀਤੇ ਜਾਂਦੇ ਸੀ ਬੱਚਿਆਂ ਦੇ ਅੰਦਰ। ਦਾ ਰੀਅਲ ਏਮ ਆਫ ਦਾ ਸਕੂਲ ਵਾਸ ਟੂ ਗਿਵ ਟ੍ਰੇਨਿੰਗ ਇਨ ਟਫਨੈਸ, ਹਿਊਮਨਿਟੀ ਐਂਡ ਗੁੱਡ ਸਿਟੀਜ਼ਨਸ਼ਿਪ। ਜਿਹੜਾ ਸਕੂਲ ਦਾ ਮਕਸਦ ਸੀ ਉਹ ਬੱਚਿਆਂ ਨੂੰ ਪੜ੍ਹ ਲਿਖ ਕੇ ਅਫਸਰ ਲਗਾਉਣਾ, ਮੁਸ਼ਕਿਲ ਸਮੇਂ ਵਿੱਚ ਜ਼ਿੰਦਗੀ ਨੂੰ ਕਿਵੇਂ ਜੀਉਣਾ, ਇੱਕ ਦੂਜੇ ਦੀ ਮਦਦ ਕਰਨੀ, ਚੰਗੇ ਨਾਗਰਿਕ ਬਣਾਉਂਦਾ ਸੀ। the children does a test, uh, child had a test ਇੱਕ ਲਾਈਨ ਰਹਿ ਗਈ ਐਵਰੀ ਚਾਈਲਡ ਇਨ ਹਰ ਸਕੂਲ ਹੈਡ ਅ ਬਲਾਈਂਡ ਡੇ ਹਰੇਕ ਚਾਈਲਡ ਲਈ ਇੱਕ ਦਿਨ ਬਲਾਈਂਡ ਡੇ ਵਾਸਤੇ ਰੱਖਿਆ ਜਾਂਦਾ ਸੀ ਅੰਨੇ ਹੋਣ ਦਾ ਦਿਨ ਵਨ ਲੈਂਡ ਡੇ ਗੁੰਗੇ ਹੋਣ ਦਾ ਦਿਨ ਵਨ ਡੈਫ ਡੇ ਬਹਿਰੇ ਹੋਣ ਦਾ ਦਿਨ ਵਨ ਡੰਬ ਦੇ ਨਾ ਬੋਲਣ ਦਾ ਦਿਨ ਇਹ ਸਾਰਾ ਤੁਸੀਂ ਆਪਣੇ ਯਾਦ ਕਰ ਲਿਓ ਮਿਸ ਵੀਮ ਦਾ ਕਰੈਕਟਰ ਸਕੈਚ ਇੰਪੋਰਟੈਂਟ ਹੈ ਮਿਸ ਵੀਮ ਦੇ ਕਰੈਕਟਰ ਸਕੈਚ ਤੋਂ ਬਾਅਦ ਜਿਹੜਾ ਸੈਕਿੰਡ ਆਂਦਾ ਉਹ ਥੀਮ ਆਂਦਾ ਸਾਡੇ ਕੋਲ ਥੀਮ ਆਫ ਦਾ ਚੈਪਟਰ ਓਨ ਸੇਇੰਗ ਪਲੀਜ਼ ਵੈਰੀ ਇੰਪੋਰਟੈਂਟ ਹੈ ਇਹਦਾ ਆਨਸਰ ਦੇਖੋ ਥਿਸ ਐਸੇ ਟੈਲਸ ਅਸ ਅਬਾਊਟ ਦਾ ਵੈਲਿਊ ਆਫ ਗੁੱਡ ਮੈਨਰ ਇਹ ਐਸੇ ਸਾਨੂੰ ਗੁੱਡ ਮੈਨਰਸ ਦੀ ਵੈਲਿਊ ਦੱਸਦਾ ਬੈਡ ਮੈਨਰਸ ਆ ਨੋ ਨੋਟ ਏ ਲੀਗਲ ਕ੍ਰਾਈਮ ਬੈਡ ਮੈਨਰ ਕੋਈ ਕ੍ਰਾਈਮ ਨਹੀਂ ਹੈ ਬਟ ਬੈਡ ਮੈਨਰ ਵਾਲੇ ਬੰਦੇ ਨੂੰ ਸਾਰੇ ਡਿਸਲਾਈਕ ਕਰਦੇ ਨੇ ਇਹ ਮੈਂ ਲਿਖਿਆ ਹੋਇਆ ਸ਼ਬਦ ਪਲੀਜ਼ ਤੇ ਥੈਂਕ ਯੂ ਇਮੇ ਪਾ ਕੇ ਤੁਸੀਂ ਇਹ ਸਾਰਾ ਯਾਦ ਕਰ ਲਿਓ ਥੀਮ ਇਹਦਾ ਵੈਰੀ ਵੈਰੀ ਇੰਪੋਰਟੈਂਟ ਹੈ ਉਸ ਤੋਂ ਬਾਅਦ ਅਗਲਾ ਕੁਐਸਚਨ ਸੀ ਫਲਿੱਪ ਸੋਸੇ ਦਾ ਫਲੀਪਸ ਉਸੇ ਦਾ ਕਰੈਕਟਰ ਸਕੈਚ ਇਹ ਵੀ ਇੰਪੋਰਟੈਂਟ ਹੈ ਆਏਗਾ ਫਲੀਪਸ ਉਸੇ ਦਾ ਤੇ ਹਸਨ ਦਾ ਦੋਵਾਂ ਦਾ ਕਰੈਕਟਰ ਸਕੈਚ ਰੱਟ ਲਓ ਫਲੀਪਸ ਉਸੇ ਦਾ ਤੇ ਹਸਨ ਦਾ ਇਹਨਾਂ ਦੋਹਾਂ ਦੇ ਅੰਦਰੋਂ ਇੱਕ ਤਾਂ ਆਣੀ ਆਣਾ ਫਲੀਪਸ ਉਸਾ ਹਸਨ ਜਿਹੜੇ ਛਾਰ ਬੱਚੇ ਨੇ ਉਹ ਭੋਲੀ ਦਾ ਵੀ ਕਰ ਲਿਓ ਕਿੰਨੇ ਕਰੈਕਟਰ ਕਰੈਕਟਰ ਸਕੈਚ ਹੋਏ 1 2 3 ਤਿੰਨੇ ਇੰਪੋਰਟੈਂਟ ਨੇ ਫੇਰ ਨਾ ਕਿ ਉਹ ਸਰ ਨੇ ਦੱਸਿਆ ਨਹੀਂ ਸੀ ਠੀਕ ਹੈ ਜੀ ਲਓ ਜੀ ਇੱਕ ਕੁਐਸਚਨ ਆਪਣਾ ਰਹਿ ਗਿਆ ਸੀ ਜਿਹੜਾ ਹਾਂ ਕੈਮੇਲੀਅਨ ਵਾਲਾ ਜਸਟੀਫਾਈ ਦਾ ਟਾਈਟਲ ਕਈ ਵਾਰੀ ਟੀਚਰ ਅਗਰ ਓខਾ ਕੁਐਸਚਨ ਪਾਣਾ ਹੋਵੇ ਤਾਂ ਇਹ ਵਾਲਾ ਪਾਉਂਦਾ ਜਸਟੀਫਾਈ ਦਾ ਟਾਈਟਲ ਆਫ ਕੈਮੇਲੀਅਨ ਕੈਮੇਲੀਅਨ ਆਪਾਂ ਕਿਹਨੂੰ ਕਹਿੰਦੇ ਆ ਗਿਰਗਟ ਨੂੰ ਕਹਿੰਦੇ ਆ ਜਿਹੜਾ ਰੰਗ ਬਦਲਦਾ ਬਾਕੀ ਰੱਟੇ ਹੀ ਲਾਣੇ ਨੇ ਤੁਸੀਂ ਰੱਟਾ ਲਾ ਲਿਓ ਠੀਕ ਹੈ ਨਾ ਰੱਟਾ ਲਾ ਲਿਓ ਇਹਦਾ ਜਸਟੀਫਾਈ ਦਾ ਟਾਈਟਲ ਸਟੋਰੀ ਕੈਮੇਲੀਅਨ ਵਾਲੇ ਦਾ ਉਸ ਤੋਂ ਬਾਅਦ ਆਪਣੀ ਵੀਡੀਓ ਖਤਮ ਹੋਣ ਵਾਲੀ ਆ ਬਸ ਇੱਕ ਦੋ ਮਿੰਟ ਦੀ ਹੋਰ ਵੀਡੀਓ ਐ ਛੋਟੇ ਕੁਐਸਚਨ ਨੇ ਛੋਟੇ ਕੁਐਸ਼ਨ 1 1 ਨੰਬਰ ਦੇ ਜਾਂ 2 2 ਨੰਬਰ ਦੇ ਜਿਹੜੇ ਆਂਦੇ ਨੇ ਉਹ ਰਹਿ ਗਏ ਨੇ ਇਹ ਕੁਐਸ਼ਨ ਸਾਰੇ ਪੜ੍ਹ ਲਿਓ ਤੁਸੀਂ ਛੋਟੇ ਕੁਐਸ਼ਨ ਇਹਦਾ ਸੋਲੂਸ਼ਨ ਮੈਂ ਤੁਹਾਨੂੰ ਦੱਸ ਦਿੰਦਾ ਪੀਡੀਐਫ ਤੁਹਾਨੂੰ ਪ੍ਰੋਵਾਈਡ ਕਰ ਦਿੰਦਾ ਤੁਸੀਂ ਆਪੇ ਕਰ ਲਿਓ ਕਿਉਂਕਿ ਕਿੱਕ ਨੰਬਰ 2 2 ਨੰਬਰ ਦੇ ਨੇ ਸੋਲੂਸ਼ਨ ਮੈਂ ਤੁਹਾਨੂੰ ਦੇ ਦਿੰਦਾ ਛੋਟੇ ਕੁਐਸ਼ਨ ਇਹਨਾਂ ਦਾ ਜਿਹੜੇ ਟਿੱਕ ਲਾਏ ਹੋਏ ਨੇ ਇਹੀ ਕੁਐਸ਼ਨ ਕਰਿਓ ਬਾਕੀ ਕਰਨ ਦੀ ਲੋੜ ਨਹੀਂ ਜਿਹੜੇ ਟਿੱਕ ਜਾਂ ਸਟਾਰ ਲਾਏ ਹੋਏ ਨੇ ਜਿਨ੍ਹਾਂ ਕੁਐਸ਼ਨਾਂ ਤੇ ਟਿੱਕ ਲਾਇਆ ਹੋਇਆ ਜਾਂ ਫਿਰ ਸਟਾਰ ਲਾਇਆ ਹੋਇਆ ਉਹੀ ਕੁਐਸ਼ਨ ਕਰਿਓ ਉਹੀ ਇੰਪੋਰਟੈਂਟ ਨੇ ਬਾਕੀ ਐਨ ਇੰਪੋਰ ਬਾਕੀ ਇਹ ਪੀਡੀਐਫ ਤਾਂ ਸਾਰੀ ਹੈ ਪਰ ਜਿਨ੍ਹਾਂ ਦੇ ਟਿੱਕ ਲਾਇਆ ਹੋਇਆ ਉਹ ਕਰ ਲਿਓ ਤੁਸੀਂ ਜャ ਸਟਾਰ ਲਾਇਆ ਹੋਇਆ ਜਿਵੇਂ ਕਿ ਇਹ ਕੁਐਸ਼ਨ ਹੈ ਇਹਦੇ ਸਟਾਰ ਲਾਇਆ ਹੋਣਾ ਵਟ ਡਿਡ ਦਾ ਤਹਿਸੀਲਦਾਰ ਕਮ ਟੂ ਦਾ ਵਿਲੇਜ ਤਹਿਸੀਲਦਾਰ ਪਿੰਡ ਦੇ ਵਿੱਚ ਕੀ ਕਰਨਾ ਆਇਆ ਸੀ ਹੀ ਕੇਮ ਟੂ ਦਾ ਵਿਲੇਜ ਟੂ ਪਰਫਾਰਮ ਦਾ ਓਪਨਿੰਗ ਸੈਰੇਮਨੀ ਆਫ ਪ੍ਰਾਇਮਰੀ ਸਕੂਲ ਪ੍ਰਾਇਮਰੀ ਸਕੂਲ ਦੀ ਓਪਨਿੰਗ ਸੈਰੇਮਨੀ ਕਰਨ ਆਇਆ ਸੀ ਜਿਵੇਂ ਇਹਦਾ ਸਟਾਰ ਲਾਇਆ ਕਰ ਲਓ ਠੀਕ ਹੈ ਪੀਡੀਐਫ ਤੁਹਾਨੂੰ ਦਿੱਤੀ ਜਾਵੇਗੀ ਪੀਡੀਐਫ ਕਾਲ ਸਟਡੀ 9878424494 ਵਰਸੈ ਮੈਸੇਜ ਕਰੋ ਇਹ ਸੈਂਪਲ ਪੇਪਰ ਹੈ ਰੀਅਲ ਪੇਪਰ ਨਹੀਂ ਹੈ ਕਦੇ ਬੱਚੇ ਸਮਝਣ ਰੀਅਲ ਪੇਪਰ ਹੈ ਸੈਂਪਲ ਪੇਪਰ ਹੈ ਪਰ ਹੈ ਵੈਰੀ ਵੈਰੀ ਇੰਪੋਰਟੈਂਟ ਹੈ ਇਹਦੇ ਅੰਦਰੋਂ ਕਾਫੀ ਸਾਰੇ ਕੁਐਸਚਨ ਤੁਹਾਡੇ ਪੇਪਰ 'ਚੋਂ ਬਣ ਸਕਦੇ ਨੇ ਨਿਊ ਪੈਟਰਨ ਦੇ ਕੋਈ ਬਾਕੀ ਵੀ ਆਪਣੇ ਚੈਨਲ ਤੇ ਅਪਲੋਡ ਕੀਤੇ ਹੋਏ ਨੇ ਇਹ ਸਾਰੇ ਕਰ ਲਓ ਜਿਵੇਂ ਆਹ ਦਿੱਤਾ ਹੋਇਆ ਵਟ ਡਿਡ ਹਰਿਕਨ ਡਿਸਪਲੇ ਔਨ ਕਰਾਊਡ ਹੀ ਡਿਸਪਲੇ ਬਰੀਡਿੰਗ ਫਿੰਗਰ ਔਨ ਕਲਾਊਡ ਬਲੀਡਿੰਗ ਫਿੰਗਰ ਔਨ ਕਰਾਊਡ ਹਾਊ ਵਾਸ ਹਰਿਕਨ ਬਲੀਡੀ ਫਿੰਗਰ ਐ ਫਲੈਗ ਵਿਕਟਰੀ ਇਟ ਵਾਸ ਐ ਫਲੈਗ ਵਿਕਟਰੀ ਬਿਕੋਜ਼ ਹੀ ਹੋਪਟ ਟੂ ਗੈਟ ਸਮ ਕੰਪ ਕੰਪਨਸੇਸ਼ਨ ਥਰੂ ਦਾ ਪੁਲਸ ਇਹ ਸਾਰੇ ਕੁਐਸਚਨ ਤੁਸੀਂ ਕਰ ਲਿਓ ਇੱਕ ਇੱਕ ਲਾਈਨ ਦੇ ਕੁਐਸਚਨ ਨੇ ਰਟ ਲਿਓ ਮਿਸ ਬੀਮ ਦੇ ਆਗੇ ਮਿਸ ਬੀਮ ਦੇ ਦੇਖ ਲਓ ਵਾਟ ਡਸ ਦਾ ਉਠਰ ਟੈਲ ਅਸ ਅਬਾਊਟ ਮਿਸ ਬੀਮ ਮਿਸ ਬੀਮ ਕਹੋ ਜੀ ਲੇਡੀ ਸੀ ਮਿਡਲ ਏਜਡ ਕਾਈਂਡ ਅੰਡਰਸਟੈਂਡਿੰਗ ਇਮਪ੍ਰੈਸਿਵ ਸੈਕਿੰਡ ਵਾਟ ਵਾਸ ਦਾ ਰੀਅਲ ਏਮ ਆਫ ਮਿਸ ਬੀਮ ਸਕੂਲ ਉਹਦੇ ਸਕੂਲ ਦਾ ਮਿਸ ਬੀਮ ਦੇ ਰੀਅਲ ਏਮ ਕੀ ਸੀ ਇਟਸ ਰੀਅਲ ਨੇਮ ਵਾਸ ਸਟੂਡੈਂਟ ਮੇਕ ਥੋਟਫੁਲ ਹੈਲਪਫੁਲ ਸਿੰਪਥੈਟਿਕ ਸਿਟੀਜ਼ਨਸ ਇਵੇਂ ਕਿਹੜਾ ਡੇ ਸਭ ਤੋਂ ਡਿਫਿਕਲਟ ਹੁੰਦਾ ਬਲਾਈਂਡ ਡੇ ਇਹ ਕੁਐਸਚਨ ਬਹੁਤ ਵਾਰੀ ਆਇਆ ਹੋਇਆ ਇਸ ਵਾਰੀ ਵੀ ਆਏਗਾ ਕਿਹੜਾ ਡੇ ਸਭ ਤੋਂ ਡਿਫਿਕਲਟ ਡੇ ਆ ਮੋਸਟ ਡਿਫਿਕਲਟ ਬਲਾਈਂਡ ਡੇ ਆ ਇਵੇਂ ਅਸੀਂ ਇਹ ਸਾਰੇ ਕੁਐਸਚਨ ਆਪਣੇ ਸੋਲਵ ਕਰ ਲਏ ਸਾਰਾ ਪੇਪਰ ਸੋਲਵ ਕਰ ਲਿਆ ਜੀ ਅਗਰ ਤੁਸੀਂ ਇਹ ਵੀਡੀਓ ਸਾਰੀ ਦੇਖੀ ਹੈ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਹਾਡੀ ਪੇਪਰ ਵਿੱਚ ਬਹੁਤ ਹੈਲਪ ਹੋਵੇਗੀ ਤੁਸੀਂ ਇਹ ਸੈਂਪਲ ਪੇਪਰ ਆਪਣੇ ਫਰੈਂਡਸ ਨਾਲ ਸਕੂਲ ਗਰੁੱਪਸ ਦੇ ਅੰਦਰ ਸ਼ੇਅਰ ਕਰ ਸਕਦੇ ਹੋ ਬਾਕੀ ਸੈਂਪਲ ਪੇਪਰ ਦੀ ਪੀਡੀਐਫ ਤੁਹਾਨੂੰ ਅਕਾਲ ਸਟੱਡੀ ਟੈਲੀਗ੍ਰਾਮ ਗਰੁੱਪ ਅਕਾਲ ਸਟੱਡੀ ਵਟਸਐਪ ਗਰੁੱਪ ਤੇ ਮਿਲ ਜਾਵੇਗੀ ਆਪਣੇ ਫਰੈਂਡਸ ਨੂੰ ਸ਼ੇਅਰ ਕਰ ਦਵੋ ਸਾਰੇ ਸੈਂਪਲ ਪੇਪਰ ਇਸੇ ਚੈਨਲ ਤੇ ਕਰਵਾਏ ਜਾਣਗੇ ਸਾਰੀ ਕਲਾਸਾਂ ਦਾ ਇੰਪੋਰਟੈਂਟ ਧੰਨਵਾਦ ਪੀਡੀਐਫ ਲਈ ਅਕਾਲ ਸਟੱਡੀ ਟੈਲੀਗ੍ਰਾਮ WhatsApp ਗਰੁੱਪ ਨਾਲ ਜੁੜੋ 98784 24494 ਨੰਬਰ ਤੇ ਮੈਸੇਜ ਕਰਕੇ ਪੀਡੀਐ ਪ੍ਰਾਪਤ ਕਰ ਸਕਦੇ ਹੋ ਇਹ ਸੈਂਪਲ ਪੇਪਰ ਹੈ ਨੋਟ ਇਹ ਰੀਅਲ ਪੇਪਰ ਸੈਂਪਲ ਪੇਪਰ ਹੈ ਇੰਪੋਰਟੈਂਟ ਕੋਈ ਲੀਕ ਪੇਪਰ ਨਹੀਂ ਹੈ ਇਹ ਠੀਕ ਹੈ ਨਾ ਅੱਗੇ ਫਰੈਂਡਸ ਨਾਲ ਆਪਣੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਤਾਂ ਕਿ ਉਹਨਾਂ ਦਾ ਵੀ ਬੈਨੀਫਿਟ ਹੋ ਸਕੇ ਪਾਸ ਹੋ ਸਕਣ ਧੰਨਵਾਦ